ਬੱਚਿਓ ਪਾਠ ਵਿੱਚ ਬਜ਼ੁਰਗ ਆਦਮੀ ਨੇ ਬੱਚਿਆਂ ਨੂੰ ਕਹਾਣੀ ਸੁਣਾਈ ਆਓ ਉਹ ਕਹਾਣੀ ਪੜੀਏ ਬੜੀ ਪੁਰਾਣੀ ਗੱਲ ਹੈ ਇੱਕ ਰਾਜਾ ਆਰਾਮ ਕਰਨ ਲਈ ਇੱਕ ਰੁੱਖ ਹੇਠਾਂ ਬੈਠ ਗਿਆ ਉਸ ਰੁੱਖ ਉੱਪਰ ਇੱਕ ਤੋਤਾ ਬੈਠਾ ਸੀ ਤੋਤੇ ਨੇ ਰਾਜੇ ਉੱਪਰ ਬੀਰ ਟੁਕ ਕੇ ਸੁੱਟ ਦਿੱਤੇ ਰਾਜੇ ਨੂੰ ਗੁੱਸਾ ਆ ਗਿਆ ਉਸ ਨੇ ਤੋਤੇ ਵੱਲ ਤੀਰ ਚਲਾਇਆ ਪਰੰਤੂ ਤੀਰ ਰੁੱਖ ਦੀਆਂ ਟਾਹਣੀਆਂ ਵਿੱਚ ਫਸ ਗਿਆ ਰਾਜੇ ਨੂੰ ਰੁੱਖ ਤੇ ਵੀ ਗੁੱਸਾ ਆ ਗਿਆ ਮੂਰਖ ਰਾਜੇ ਨੇ ਆਪਣੇ ਰਾਜ ਵਿੱਚਲੇ ਸਾਰੇ ਰੁੱਖ ਕਟਵਾ ਦਿੱਤੇ ਉਸ ਤੋਂ ਬਾਅਦ ਉੱਥੇ ਮੀਂਹ ਪੈਣਾ ਬੰਦ ਹੋ ਗਿਆ ਕੁਝ ਕੁ ਸਾਲਾਂ ਵਿੱਚ ਭੋਜਨ ਪਦਾਰਥਾਂ ਦੀ ਘਾਟ ਹੋ ਗਈ ਲੋਕ ਭੁੱਖੇ ਮਰਨ ਲੱਗੇ ਲੋਕ ਦੂਰ ਦਰਾਡੇ ਦੇ ਸਥਾਨਾਂ ਵੱਲ ਜਾਣ ਲੱਗ ਪਏ ਰਾਜਾ ਵੀ ਆਪਣੇ ਪਰਿਵਾਰ ਨਾਲ ਇੱਕ ਜੰਗਲ ਵਿੱਚ ਪਹੁੰਚ ਗਿਆ ਉੱਥੇ ਉਹਨਾਂ ਨੂੰ ਕੁਝ ਨਜ਼ਰ ਨਾ ਆਇਆ ਜਿਸ ਨੂੰ ਖਾ ਕੇ ਭੁੱਖ ਮਿਟਾ ਲੈਣ ਘੁੰਮਦੇ-ਘੁੰਮਦੇ ਉਹਨਾਂ ਨੂੰ ਇੱਕ ਸਾਧੂ ਮਿਲ ਗਿਆ ਰਾਜੇ ਨੇ ਉਸ ਨੂੰ ਸਾਰੀ ਘਟਨਾ ਦੱਸੀ ਸਾਧੂ ਨੇ ਰਾਜੇ ਨੂੰ ਸਮਝਾਇਆ ਕੀ ਰੁੱਖ ਕਟਵਾਉਣਾ ਤੁਹਾਡੀ ਸਭ ਤੋਂ ਵੱਡੀ ਗਲਤੀ ਸੀ ਰੁੱਖ ਕੱਟਣ ਕਾਰਨ ਹੀ ਵਰਖਾ ਨਹੀਂ ਹੋਈ ਸਾਧੂ ਨੇ ਉਹਨਾਂ ਨੂੰ ਕਿਹਾ ਕਿ ਜੰਗਲ ਵਿੱਚ ਹਾਲੇ ਕੋਈ ਫਲ ਖਾਣਯੋਗ ਨਹੀਂ ਹੈ ਤੁਸੀਂ ਰੁੱਖ ਦੀਆਂ ਜੜਾਂ ਖਾ ਲਓ ਰਾਜੇ ਨੇ ਸਾਧੂ ਨੂੰ ਪੁੱਛਿਆ ਜੜਾਂ ਮੈਂ ਸਮਝਿਆ ਨਹੀਂ ਸਾਧੂ ਨੇ ਦੱਸਿਆ ਕੁਝ ਜੜਾਂ ਖਾਣਯੋਗ ਹੁੰਦੀਆਂ ਹਨ ਮੇਰੇ ਕੋਲ ਸ਼ਤਾਵਰੀ ਝਾੜੀ ਦੀਆਂ ਜੜਾਂ ਅਤੇ ਸ਼ਕਰਕੰਦੀ ਹੈ ਤੁਸੀਂ ਇਹਨਾਂ ਨੂੰ ਉਬਾਲ ਕੇ ਖਾ ਸਕਦੇ ਹੋ ਇਸ ਤਰ੍ਹਾਂ ਰਾਜੇ ਦਾ ਪਰਿਵਾਰ ਜੰਗਲ ਵਿੱਚ ਜੜਾਂ ਖਾ ਕੇ ਗੁਜ਼ਾਰਾ ਕਰਨ ਲੱਗਾ ਉਹ ਜੰਗਲ ਨੇੜੇ ਹੀ ਰਹਿਣ ਲੱਗ ਪਏ ਰਾਜਾ ਰੁੱਖ ਕਟਵਾਉਣ ਦੇ ਆਪਣੇ ਫੈਸਲੇ ਉੱਪਰ ਬਹੁਤ ਪਛਤਾਇਆ ਉਸ ਨੂੰ ਸਮਝ ਆ ਗਈ ਕਿ ਰੁੱਖ ਦੀਆਂ ਜੜ੍ਹਾਂ ਵੀ ਇਨਸਾਨ ਦੀ ਭਲਾਈ ਹੀ ਕਰਦੀਆਂ ਹਨ ਬੱਚੋ ਅਸੀਂ ਇਹ ਹੀ ਸਿੱਖਿਆ ਕਿ ਸਾਨੂੰ ਕਦੇ ਵੀ ਰੁੱਖਾਂ ਨੂੰ ਕੱਟਣਾ ਨਹੀਂ ਚਾਹੀਦਾ ਇਹਨਾਂ ਦੀਆਂ ਤਾਂ ਜੜ੍ਹਾਂ ਵੀ ਮਨੁੱਖ ਦੀ ਕੰਮ ਆਉਂਦੀਆਂ ਹਨ ਬੱਚੋ ਇਸ ਤਸਵੀਰ ਨੂੰ ਧਿਆਨ ਨਾਲ ਦੇਖੋ ਇਹ ਕਿਹੜਾ ਰੁੱਖ ਹੈ ਜੀ ਹਾਂ ਇਹ ਬੋਹੜ ਦਾ ਰੁੱਖ ਹੈ ਹਰ ਰੁੱਖ ਵਾਂਗ ਇਸ ਦੀਆਂ ਜੜ੍ਹਾਂ ਧਰਤੀ ਵਿੱਚ ਤਾਂ ਹਨ ਹੀ ਪਰੰਤੂ ਇਸ ਦੀਆਂ ਟਾਹਣੀਆਂ ਤੋਂ ਨਿਕਲੀਆਂ ਹੋਈਆਂ ਜੜਾਂ ਇਸ ਫੈਲੇ ਹੋਏ ਬੋਹੜ ਦੇ ਰੁੱਖ ਨੂੰ ਸਹਾਰਾ ਦਿੰਦੀਆਂ ਹਨ ਇਸ ਨੂੰ ਹਵਾਈ ਜੜਾਂ ਕਹਿੰਦੇ ਹਨ ਕੁਝ ਲੋਕ ਇਸ ਨੂੰ ਬੋਹੜ ਦੀ ਦਾੜੀ ਵੀ ਕਹਿੰਦੇ ਹਨ ਘਰ ਦਾ ਕੰਮ ਬੱਚਿਓ ਤੁਹਾਨੂੰ ਇਸ ਕਹਾਣੀ ਤੋਂ ਕੀ ਸਿੱਖਿਆ ਮਿਲੀ ਇਸ ਪ੍ਰਸ਼ਨ ਦਾ ਉੱਤਰ ਤੁਸੀਂ ਆਪਣੀ ਕਾਪੀ ਉੱਤੇ ਲਿਖਣਾ ਹੈ